ਪਿਛਲੇ ਕਰੀਬ 10 ਸਾਲਾਂ ਤੋਂ ਇੱਕ ਅਹਿਮ ਮੁੱਦਾ ਰਿਹਾ, ਮੁੱਦਾ ਹੈ ਡਰੱਗਸ ਦਾ। ਇਹਦੀ ਸ਼ੁਰੂਆਤ ਪੰਜਾਬ ਦੇ ਵਿੱਚ ਉਦੋਂ ਹੀ ਹੋਈ ਜਿਵੇਂ ਦੇਸ਼ ਦੇ ਵਿੱਚ ਹੋਈ, ਪਰ ਮੰਦਭਾਗੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਕੁਛ ਸਿਆਸੀ ਪਾਰਟੀਆਂ ਨੇ, ਕੁਛ ਲੀਡਰਾਂ ਨੇ, ਜਿਨ੍ਹਾਂ ਦੇ ਵਿੱਚ ਰਾਹੁਲ ਗਾਂਧੀ ਹੋਣ, ਆਮ ਆਦਮੀ ਪਾਰਟੀ ਹੋਵੇ, ਇਹਨਾਂ ਨੇ ਉਹਨੂੰ ਸਿਆਸੀ ਮੁੱਦੇ ਦੇ ਤੌਰ ਤੇ ਬਣਾਉਣਾ ਚਾਹਿਆ। ਇਹ ਡਰੱਗ ਦੇ ਮੁੱਦੇ ਨੂੰ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ। ਪੰਜਾਬ ਸ਼ੁਰੂਆਤੀ ਦਿਨਾਂ ਦੇ ਵਿੱਚ ਡਰੱਗਸ ਦਾ ਇੱਕ ਟ੍ਰਾਂਜ਼ਿਟ ਰੂਟ ਸੀ। ਪਾਕਿਸਤਾਨ ਦੇ ਬਾਰਡਰ ਤੋਂ ਹੋ ਕੇ ਇਹ ਭਾਰਤ 'ਚ ਦਾਖਲ ਹੁੰਦਾ ਸੀ। ਪੰਜਾਬ ਹੁੰਦੇ ਜਿਹੜੇ ਦੂਜੇ ਰਾਜ ਸੀ, ਮਹਾਰਾਸ਼ਟਰ, ਗੋਆ, ਇਹ ਰੈਕਟ ਇਸ ਤਰੀਕੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੇਂ ਦੀ ਸਰਕਾਰ ਨੇ ਫੜਿਆ। ਅਤੇ ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਰੈਕਟ, ਜਿਹਦੀ ਲਗਭਗ ਕੀਮਤ 6,000 ਕਰੋੜ ਦੇ ਕਰੀਬ ਸੀ, ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫੜਿਆ। ਪਰ ਉਹਦੀ ਵਾਹਵਾਹੀ ਤਾਂ ਵਿਰੋਧੀਆਂ ਨੇ ਕੀ ਕਰਨੀ ਸੀ, ਉਹਦੇ ਤੇ ਜੰਮ ਕੇ ਸਿਆਸਤ ਸ਼ੁਰੂ ਹੋਈ। ਕਿਸੇ ਨੇ ਕਿਹਾ ਜੀ, ਰਾਹੁਲ ਗਾਂਧੀ ਵਰਗਿਆਂ ਨੇ, ਕਿ ਜੀ ਪੰਜਾਬ ਦੇ ਵਿੱਚ ਤਾਂ 70% ਯੂਥ ਨਸ਼ੇੜੀ ਹੈ, ਜਿਹਦੇ ਸਿੱਟੇ ਨਿਕਲੇ ਕਿ ਸਾਡੇ ਨੌਜਵਾਨਾਂ ਨੂੰ ਨਾਲੇ ਤਾਂ ਨੌਕਰੀਆਂ ਮਿਲਣੀਆਂ ਬੰਦ ਹੋ ਗਈਆਂ ਪ੍ਰਾਈਵੇਟ ਸੈਕਟਰ 'ਚ, ਨਾ ਵੀਜ਼ੇ ਲੱਗਦੇ ਸੀ। ਔਰ ਉਸੇ ਅੱਗ ਦੇ ਵਿੱਚ ਖੁਦ ਵੀ ਆਮ ਆਦਮੀ ਪਾਰਟੀ, ਜਿਨ੍ਹਾਂ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਮੰਦਭਾਗੀ ਗੱਲ ਇਹ ਸੀ ਕਿ ਕਿਸੇ ਨੇ ਵੀ ਇਹ ਹਾਲਾਤਾਂ ਕਨੀ ਧਿਆਨ ਨਹੀਂ ਦਿੱਤਾ, ਇਹਨੂੰ ਰੋਕਣ ਕਨੀ ਧਿਆਨ ਨਹੀਂ ਦਿੱਤਾ। ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇੱਕੋ ਮਕਸਦ ਰਿਹਾ ਕਿ ਕਿਸੇ ਤਰੀਕੇ ਇਹਦੇ 'ਚ ਵਿਰੋਧੀਆਂ ਨੂੰ ਬਦਨਾਮ ਕਰੀਏ। ਤੇ ਜਦੋਂ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਗੱਲ ਆਈ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਗੱਲ ਆਈ, ਤਾਂ ਇੱਕ ਚਿਹਰੇ ਨੂੰ ਜਾਣ ਬੁੱਝ ਕੇ ਇੱਕ ਸਾਜਿਸ਼ ਕਰਕੇ ਪੰਜਾਬ ਦੇ ਵਿੱਚ ਟਾਰਗੇਟ ਕੀਤਾ ਗਿਆ। ਉਹ ਸੀ ਸਰਦਾਰ ਬਿਕਰਮ ਸਿੰਘ ਮਜੀਠਾ। ਸਰਦਾਰ ਬਿਕਰਮ ਸਿੰਘ ਮਜੀਠਾ ਤੇ ਲਗਾਤਾਰ ਕਾਂਗਰਸ ਦੀ ਸਰਕਾਰ ਹੋਵੇ, ਇਹਨਾਂ ਦੇ ਮੰਤਰੀ ਹੋਣ, MLA ਹੋਣ, ਬੜੀਆਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਕਿ ਜੀ ਹਾਈ ਕੋਰਟ ਦੇ ਵਿੱਚ 3 ਰਿਪੋਰਟਾਂ ਪਈਆਂ ਨੇ, ਉਹ ਰਿਪੋਰਟਾਂ ਖੁੱਲ ਜਾਣਗੀਆਂ, ਪਤਾ ਨਹੀਂ ਕਿਹਦਾ ਕਿਹਦਾ ਨਾਮ ਆਜੂਗਾ। ਉਹ ਸਾਰੀਆਂ ਰਿਪੋਰਟਾਂ ਖੁੱਲੀਆਂ। ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਛੱਡੋ, ਵਰਕਰ ਤੱਕ ਦਾ ਨਾਂ ਇਹਦੇ 'ਚ ਨਹੀਂ ਆਇਆ। ਇਹ ਸਾਰੇ ਕੇਸ ਹਾਈਕੋਰਟ ਮੋਨੀਟਰਡ ਸਿੱਟ ਨੇ ਮੋਨੀਟਰ ਕੀਤੇ, ਕਿਉਂਕਿ ਜਗਦੀਸ਼ ਭੋਲਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਖਿਲਾਫ ਹਾਈਕੋਰਟ ਦੇ ਵਿੱਚ ਚਲੇ ਗਏ। ਇਹਨਾਂ ਨੇ ਕਿਹਾ ਕਿ ਜੀ ਮੈਨੂੰ ਸਰਕਾਰ 'ਤੇ ਭਰੋਸਾ ਨਹੀਂ, ਇਹ ਸਰਕਾਰ ਨੇ ਮੈਨੂੰ ਜਾਣ ਬੁੱਝ ਕੇ ਫਸਾਇਆ, ਇਹ ਜਿਹੜੀ ਜਾਂਚ ਹੈ ਇਹ CBI ਨੂੰ ਭੇਜ ਦਿਓ। ਪਰ ਮਾਣਯੋਗ ਹਾਈਕੋਰਟ ਨੇ ਜਸਟਿਸ ਸੂਰਿਆਕਾਂਤ ਅਤੇ ਪੀ ਬਜੰਤਰੀ ਸਾਹਿਬ ਦਾ ਬੈਂਚ ਸੀ ਜਿਨ੍ਹਾਂ ਨੇ ਇਹ CBI ਨੂੰ ਨਹੀਂ ਭੇਜੀ। ਉਹ ਕਹਿੰਦੇ ਅਸੀਂ ਆਪ ਇਹਦੀ ਇਨਵੈਸਟੀਗੇਸ਼ਨ ਕਰਾਵਾਂਗੇ। ਇਹ ਰਿਟ ਨੰਬਰ 88 2013 ਦੀ, ਉਹਦੇ 'ਚ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਇਹਦੀ ਖੁਦ ਮੋਨੀਟਰਡ SIT ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰਾਈ, ਜਿਹਦੇ 'ਚ 3 IPS ਅਫਸਰ ਜਿਹੜੇ ਪੰਜਾਬ ਤੋਂ ਬਾਹਰਲੇ ਸੀ, ਜਿਹਦੇ 'ਚ ਮੈਡਮ ਵੀ ਨੀਰਜਾ, ਈਸ਼ਵਰ ਸਿੰਘ ਅਤੇ ਨਗੇਸ਼ਵਰ ਰਾਓ, ਇਹਨਾਂ ਦੀ ਡਿਊਟੀ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਲਾਈ ਕਿ ਅਗਰ ਡਰੱਗ ਕੇਸਾਂ ਦੇ ਵਿੱਚ ਅਕਾਲੀ ਸਰਕਾਰ ਵੱਲੋਂ ਕਿਸੇ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਤਾਂ ਇਹਨਾਂ ਨੂੰ ਇਹਦੇ 'ਚੋਂ ਬਾਹਰ ਕੱਢੋ, ਅਤੇ ਜੇ ਕੋਈ ਇਹਦੇ 'ਚ ਰਹਿ ਗਿਆ ਅਕਿਊਜ਼ਡ ਤਾਂ ਉਹਨੂੰ ਇਹਦੇ 'ਚੋਂ ਨੋਮੀਨੇਟ ਕਰੋ। 10 ਚਲਾਨ ਹਾਈਕੋਰਟ ਦੀ ਮੋਨੀਟਰਡ SIT ਨੇ ਪੇਸ਼ ਕੀਤੇ। 10 ਚਲਾਨਾਂ ਦੇ ਵਿੱਚ ਜਿਹਨੂੰ ਹਾਈਕੋਰਟ ਦੇ 2 ਜੱਜ ਮੋਨੀਟਰ ਕਰ ਰਹੇ ਹੋਣ, 3 ਸਟੇਟ ਤੋਂ IPS ਬਾਹਰਲੇ ਅਫਸਰ ਹੋਣ, ਉਹ 10 ਚਲਾਨ ਪੇਸ਼ ਹੋਏ, ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਉਹ ਚਲਾਨਾਂ ਦੇ ਵਿੱਚ ਨਾਂ ਨਹੀਂ ਆਇਆ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਉਸ ਕਾਂਗਰਸ ਨੂੰ ਕਿ ਕੀ ਇਹ ਸਾਰੀ ਸਿਆਸਤ ਚੱਲਦੀ ਰਹੀ? ਕੀ ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਸੀ? ਕੀ ਜਵਾਨੀ
ਜਿਹੜੀ ਕਾਂਗਰਸ ਦੇ ਰਾਜ ਦੇ ਵਿੱਚ ਨਸ਼ੇ 'ਚ ਗਰਕਦੀ ਰਹੀ, ਉਹਦੇ ਪਾਸੋਂ ਧਿਆਨ ਛੱਡ ਕੇ ਇਕੱਲਾ ਇਹ ਜਿਹੜਾ ਸਿਆਸੀ ਮੁੱਦਾ ਬਣਾਇਆ ਇਹਨੂੰ ਬਣਾਇਆ ਗਿਆ। ਔਰ ਫਿਰ ਸ਼ੁਰੂ ਹੁੰਦਾ ਕਾਂਗਰਸ ਦਾ ਪਤਨ, ਕਾਂਗਰਸ ਦੀ ਜਿਹੜੀ ਆਪਣੀ ਮਾੜੀ ਕਾਰਗੁਜ਼ਾਰੀ ਸੀ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਗਿਆ, ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ, ਅਤੇ ਉਹ 6 ਮਹੀਨਿਆਂ 'ਚ ਚੰਨੀ ਸਾਹਿਬ ਵੀ ਫੇਲ ਰਹੇ ਅਤੇ ਸਿਰਫ ਅਤੇ ਸਿਰਫ ਆਪਣੀ ਜਿਹੜੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਸੀ ਉਹਨੂੰ ਛੁਪਾਉਣ ਦੇ ਲਈ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਹਨੇਰੀਆਂ ਰਾਤਾਂ ਦੇ ਵਿੱਚ 3 DGP ਬਦਲ ਕੇ, 3 ਐਡਵੋਕੇਟ ਜਨਰਲ ਬਦਲ ਕੇ ਉਹ ਬੰਦੇ ਨੂੰ ਲਿਆ ਕੇ DGP ਲਾਇਆ, ਜਿਹੜਾ ਕਿ ਚਟੋਪਾਧਿਆ ਸਾਹਿਬ ਜਿਹੜੇ ਕਿ DGP ਨਹੀਂ ਬਣ ਸਕਦੇ ਸੀ, ਅਤੇ ਲਿਆ ਕੇ ਰਾਤ ਨੂੰ ਇੱਕ NDPS ਦਾ ਝੂਠਾ ਪਰਚਾ ਸਰਦਾਰ ਬਿਕਰਮ ਸਿੰਘ ਮਜੀਠੀਆ 'ਤੇ ਦਰਜ ਕੀਤਾ ਗਿਆ। ਔਰ ਕਿਹੜੇ ਕੇਸ ਦੇ ਵਿੱਚ ਕਿੱਡੀ ਹਾਸੋਹੀਣੀ ਸਥਿਤੀ, ਜਿਹੜੇ ਕੇਸ ਦੇ ਵਿੱਚ ਆਲਰੇਡੀ ਹਾਈ ਕੋਰਟਾਂ ਨੇ ਇਨਵੈਸਟੀਗੇਸ਼ਨ ਕਰਾਈ, 10 ਚਲਾਣ ਪੇਸ਼ ਹੋਏ, ਟ੍ਰਾਇਲ ਕੋਰਟ ਦੇ ਵਿੱਚ ਅਕਿਊਜ਼ ਦੇ ਟ੍ਰਾਇਲ ਖਤਮ ਹੋ ਗਏ, ਜਿਨ੍ਹਾਂ ਨੂੰ ਸਜ਼ਾ ਹੋਈ ਉਹ ਅਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ 'ਚ ਆ ਗਏ, ਉਹ ਕੇਸ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਚਰਨਜੀਤ ਚੰਨੀ ਦੀ ਸਰਕਾਰ ਨੇ, ਸੁੱਖੀ ਰੰਧਾਵਾ ਹੋਮ ਮਿਨਿਸਟਰ ਅਤੇ DGP ਚਟੋਪਾਧਿਆ ਨੇ ਜਾਣ ਬੁੱਝ ਕੇ ਫਸਾਇਆ, ਸੈਕਸ਼ਨ 37 ਲਾਇਆ, ਐਂਟੀਸਪੇਟਰੀ ਬੇਲ 'ਤੇ ਬਾਹਰ ਸੀ, ਸੁਪਰੀਮ ਕੋਰਟ ਨੇ ਰਾਹਤ ਦਿੱਤੀ, ਇਲੈਕਸ਼ਨ ਲੜੇ ਕਿਉਂਕਿ ਸੈਕਸ਼ਨ 37 ਸੀ, ਸਰੈਂਡਰ ਕਰਨਾ ਪਿਆ। ਪਰ ਜਿੱਦਣ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ, ਉਹ ਤੋਂ ਬਾਅਦ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਅਤੇ ਜਦੋਂ ਬੇਲ ਦੀ ਸੁਣਵਾਈ ਹੋਈ ਦਿੱਲੀਓ 3 ਤਰੀਕਾਂ 'ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਮਹਿੰਗੇ ਮਹਿੰਗੇ ਵਕੀਲ ਲਿਆਉਂਦੀ ਰਹੀ ਅਤੇ ਉਸ ਤੋਂ ਬਾਅਦ ਹਾਈ ਕੋਰਟ ਨੇ 25 ਪੇਜਾਂ ਦੀ ਜੱਜਮੈਂਟ ਉਸ ਕੇਸ ਦੇ ਵਿੱਚ ਦਿੱਤੀ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਨਾ ਤਾਂ ਕਿਸੇ ਡਰੱਗ ਤਸਕਰ ਦੇ ਨਾਲ ਕੋਈ ਤਾਲੁਕ ਸਰਕਾਰ ਸਾਬਤ ਕਰ ਸਕੀ ਹੈ, ਨਾ ਹੀ ਇਸ ਕੇਸ ਦੇ ਵਿੱਚ ਕੋਈ ਇੱਕ, ਮੈਂ ਕਹਿੰਦਾ ਵੀ ਛੋਟੀ ਤੋਂ ਛੋਟੀ ਜਿਹੀ ਰਿਕਵਰੀ ਉਹ ਇਸ ਕੇਸ ਦੇ ਵਿੱਚ ਬਿਕਰਮ ਮਜੀਠੀਆ ਦੀ ਸਾਬਤ ਕਰ ਸਕੀ ਹੈ। ਸੋ ਸਪਸ਼ਟ ਹੋ ਗਿਆ ਸੀ, ਹਾਈ ਕੋਰਟ ਨੇ ਬੇਲ 'ਚ ਲਿਖਿਆ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਸ ਡਰੱਗ ਦੇ ਕੇਸ ਦੇ ਵਿੱਚ ਬਿਲਕੁਲ ਕੋਈ ਸਬੂਤ, ਕੋਈ ਕਿਹਾ ਜਿਹਾ ਗਵਾਹ ਕੁਛ ਨਹੀਂ ਹੈ, ਉਹਦੇ ਤਾਂ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਮਿਲੀ। ਔਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਜੋ ਸਿਆਸੀ ਸ਼ਡਿਅੰਤਰ ਬੁਣਨਾ ਸ਼ੁਰੂ ਕੀਤਾ, ਕਿਉਂਕਿ ਮਕਸਦ ਇੱਕੋ ਹੀ ਹੈ ਕਿ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਫਿਰ ਚਾਹੇ ਉਹ ਮੀਡੀਆ ਹੋਵੇ, ਚਾਹੇ ਵਿਰੋਧੀ ਧਿਰ ਦਾ ਨੇਤਾ ਹੋਵੇ, ਚਾਹੇ ਕੋਈ ਪੰਜਾਬ ਦਾ ਆਮ ਆਦਮੀ ਹੋਵੇ, ਸਰਕਾਰ ਦੇ ਖਿਲਾਫ ਬੋਲੋਗੇ ਤਾਂ ਤੁਹਾਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ। ਔਰ ਜਿਸ ਦਿਨ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਸੇ ਦਫ਼ਤਰ 'ਚੋਂ ਬਹਿ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ, 9 ਦਸੰਬਰ ਦਾ ਉਹ ਦਿਨ ਸੀ ਜਿੱਦਣ ਮੁੱਖ ਮੰਤਰੀ ਦੀ ਜਿਹੜੀ ਧੀ ਹੈ ਉਹ ਮੁੱਖ ਮੰਤਰੀ ਦੇ ਖਿਲਾਫ ਉਹਨਾਂ ਨੇ ਬੋਲਿਆ। ਉਸੇ ਦਿਨ ਤੋਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਇਹ ਕੇਸ ਦੇ ਵਿੱਚ ਸੰਮਨਾਂ ਦਾ ਦੌਰ ਦੁਬਾਰਾ ਸ਼ੁਰੂ ਹੋਇਆ। ਜਿਹੜੇ ਕੇਸ ਦੇ ਵਿੱਚ ਹਾਈ ਕੋਰਟ ਕਹਿ ਰਿਹਾ ਕਿ ਇਸ ਕੇਸ ਦੇ ਵਿੱਚ ਕੋਈ ਸਬੂਤ ਨਹੀਂ, ਕੋਈ ਗਵਾਹ ਨਹੀਂ, ਉਹਦਾ ਫਿਰ ਦੁਬਾਰਾ ਸਿਆਸੀਕਰਨ ਸ਼ੁਰੂ ਕੀਤਾ, SIT ਬਣਾਉਣੀਆਂ ਸ਼ੁਰੂ ਕੀਤੀਆਂ। ਪਹਿਲੀ SIT ਜਿਹੜੀ ਬਲਰਾਜ ਸਿੰਘ SP ਦੀ ਬਣਾਈ, ਦੂਜੀ SIT ਐਸ ਰਾਹੁਲ ਦੀ ਬਣਾਈ, ਤੀਜੀ SIT ਮੁਖਵਿੰਦਰ ਸਿੰਘ ਛੀਨਾ ਦੀ ਬਣਾਈ, ਅਤੇ ਮੁਖਵਿੰਦਰ ਸਿੰਘ ਛੀਨਾ ਦੀ ਉਹ SIT ਹੈ ਕਿ ਜਿਨ੍ਹਾਂ ਨੇ ਇੱਕ ਰਿਕਾਰਡ ਕਾਇਮ ਕੀਤਾ ਕਿ ਫੇਅਰਵੈਲ ਪਾਰਟੀ ਪਹਿਲਾਂ ਲੈ ਲਈ ਅਤੇ ਫੇਅਰਵੈਲ ਪਾਰਟੀ ਤੋਂ ਬਾਅਦ ਜਿੱਦਣ ਆਖਰੀ ਦਿਨ ਸੀ ਐਤਵਾਰ ਦਾ ਜਿੱਦਣ ਰਿਟਾਇਰ ਹੋਣਾ ਸੀ ਉਦਣ SIT ਦੀ ਹੀਅਰਿੰਗ ਲਿੱਤੀ, ਅਤੇ ਉਸ ਦਿਨ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਸਿਆਸੀ ਏਜੰਡੇ ਤਹਿਤ ਉੱਥੇ ਬੁਲਾਇਆ, ਕਿਉਂਕਿ ਸਿਆਸੀ ਏਜੰਡਾ ਬਿਲਕੁਲ ਸਪਸ਼ਟ ਸੀ।
ਮੁੱਖ ਮੰਤਰੀ ਨੇ ਆਪ ਸਪਸ਼ਟ ਕੀਤਾ ਸੀ, ਇੱਕ ਪ੍ਰਾਈਵੇਟ ਅਖਬਾਰ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਭਾਈ ਜਿਹੜਾ ਬਿਕਰਮ ਮਜੀਠੀਆ ਦਾ ਕੇਸ ਹੈ ਉਹ ਹੁਣ ਮੈਂ ਆਪਣੇ ਹੱਥ 'ਚ ਲੈ ਲਿਆ, ਉਹਦੇ ਜਿਹੜੇ ਲਾਇਕੂਨਾਂ ਨੇ ਉਹ ਜਿਹੜੇ ਰਹਿ ਗਏ ਸੀ ਹੁਣ ਮੈਂ ਆਪ ਉਹਨਾਂ ਨੂੰ ਟਾਈਟ ਕਰ ਰਿਹਾ। ਇਹ ਗੱਲ ਮੁੱਖ ਮੰਤਰੀ ਨੇ ਕਹੀ ਹੈ ਔਰ ਇੱਕ ਨਾਮਵਾਰ ਅਖਬਾਰ ਟ੍ਰਿਬਿਊਨ ਨੇ ਇਹ ਸਾਰੀ ਮੁੱਖ ਮੰਤਰੀ ਦੀ ਇੰਟਰਵਿਊ ਛਾਪੀ ਔਰ ਉਹਦੇ ਵਿੱਚ ਫਿਰ ਕੁਛ ਨਹੀਂ ਨਿਕਲਿਆ। ਫਿਰ ਹਰਚਰਨ ਭੁੱਲਰ ਸਾਹਿਬ ਆਏ, ਫਿਰ ਸੰਮਨ, ਔਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇੱਕ ਆਮ ਸ਼ਹਿਰੀ ਵਾਂਗੂ, ਇੱਕ ਜ਼ਿੰਮੇਵਾਰ ਨਾਗਰਿਕ ਵਾਂਗੂ ਹਰ ਇੱਕ SIT ਦੇ ਸੰਮਨ 'ਤੇ ਉੱਥੇ ਜਾਂਦੇ ਰਹੇ। ਪਰ ਕਿਉਂਕਿ ਇਹ ਜਿਹੜੇ ਸੰਮਨ ਸੀ ਇਹ ਸਿਆਸਤ ਤੋਂ ਪ੍ਰੇਰਿਤ ਸੀ, ਮੁੱਖ ਮੰਤਰੀ ਦੀ ਜਿਹੜੀ ਸਿਆਸੀ ਕਿੱਡ ਸੀ ਉਹਦਾ ਨਤੀਜਾ ਸੀ, ਅਤੇ ਫਿਰ ਸਾਨੂੰ ਮਜਬੂਰਨ ਜਦੋਂ ਇਹ ਸੰਮਨ ਬੰਦ ਹੀ ਨਹੀਂ ਹੋਏ, ਲਗਾਤਾਰ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਚੌਥੇ ਤੋਂ ਬਾਅਦ ਪੰਜਵਾਂ, ਅਤੇ ਸਾਨੂੰ ਮਾਣਯੋਗ ਹਾਈਕੋਰਟ ਦੇ ਵਿੱਚ ਜਾਣਾ ਪਿਆ। ਅਤੇ ਜਦੋਂ ਹਾਈਕੋਰਟ ਦੇ ਵਿੱਚ ਗਏ, ਵਕੇਸ਼ਨ ਬੈਂਚ ਸੀ, ਉਹਨਾਂ ਨੇ ਸੰਮਨ ਦੇ ਉੱਤੇ ਰੋਕ ਲਾਈ। ਸੰਮਨ ਦੇ ਉੱਤੇ ਰੋਕ ਲਾਉਣ ਤੋਂ ਬਾਅਦ ਅੱਜ ਦੀ ਤਰੀਕ ਮੁਕਰਰ ਕੀਤੀ ਗਈ। SIT ਨੇ ਅੱਜ ਹਾਈਕੋਰਟ ਨੂੰ ਦੱਸਣਾ ਸੀ, ਐਕਟਿੰਗ ਚੀਫ ਜਸਟਿਸ ਦੀ ਕੋਰਟ ਨੂੰ ਦੱਸਣਾ ਸੀ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਹੜਾ ਐਸਾ ਸਬੂਤ ਹੈ ਜਿਹੜਾ ਬਾਰ ਬਾਰ SIT ਉਹਨਾਂ ਨੂੰ ਬੁਲਾਉਣਾ ਚਾਹੁੰਦੀ ਹੈ, ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਅਤੇ ਅੱਜ ਸਰਕਾਰ ਦੀ ਤਮਾਸ਼ਬੀਨੀ ਦਾ ਅੰਤ ਉਸ ਵੇਲੇ ਹੋਇਆ ਜਦੋਂ ਹਾਈਕੋਰਟ ਦੇ ਵਿੱਚ ਖੜ੍ਹੇ ਹੋ ਕੇ ਇੱਕ ਵੀ ਦਲੀਲ ਉਹ ਪੇਸ਼ ਨਹੀਂ ਕਰ ਸਕੇ ਕੇਸ ਦੇ ਬਾਬਤ। ਹੁਣ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕੀ ਵਿਜੀਲੈਂਸ ਦਾ ਸਿਆਸੀ ਦੁਰਉਪਯੋਗ, ਕੀ SIT ਦਾ ਸਿਆਸੀ ਦੁਰਉਪਯੋਗ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਕੀਤਾ ਜਾ ਰਿਹਾ? ਕਿਉਂਕਿ ਜਿਹੜੀ ਕੋਰਟ ਆਫ ਲਾਅ ਹੈ, ਜਿੱਥੇ ਸਬੂਤ ਚੱਲਣੇ ਨੇ, ਜਿੱਥੇ ਗਵਾਹ ਚੱਲਣੇ ਨੇ, ਉਸ ਕੋਰਟ ਆਫ ਲਾਅ ਦੇ ਵਿੱਚ ਜਾ ਕੇ ਤਾਂ ਅੱਜ ਤੁਹਾਡੀ ਇਹ ਸਥਿਤੀ ਬਣੀ ਕਿ ਝਾੜ ਪਈ ਸਰਕਾਰ ਨੂੰ ਵੀ, SIT ਨੂੰ ਵੀ, ਔਰ ਐਸੀ ਮਜਬੂਰੀ ਬਣ ਗਈ ਕਿ SIT ਨੂੰ ਹਾਈਕੋਰਟ ਦੇ ਵਿੱਚ ਕਹਿਣਾ ਪਿਆ ਕਿ ਅਸੀਂ ਜਿਹੜਾ ਇਹ ਸੰਮਨ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ, ਅਸੀਂ ਇਹ ਆਪਣਾ ਸੰਮਨ ਵਾਪਸ ਲੈਂਦੇ ਹਾਂ, ਅਸੀਂ ਨਹੀਂ ਬੁਲਾਉਂਦੇ। ਫਿਰ ਮਜਬੂਰੀ ਕੀ ਸੀ? ਕਿਉਂ ਲਗਾਤਾਰ ਤੁਸੀਂ ਜੇ ਕੋਈ ਸਿਆਸੀ ਬਿਆਨ ਆਉਂਦਾ ਹੈ, ਜੇ ਕੋਈ ਇੰਟਰਵਿਊ ਆਉਂਦੀ ਹੈ, ਉਹ ਤੋਂ ਬਾਅਦ ਲਗਾਤਾਰ ਤੁਸੀਂ ਸੰਮਨ ਕੱਢ ਰਹੇ ਸੀ? ਅੱਜ ਸਾਬਤ ਹੋ ਗਿਆ ਕਿ ਸਾਰਾ ਕੁਛ ਸਿਆਸਤ ਤੋਂ ਪ੍ਰੇਰਿਤ ਸੀ, ਮੁੱਖ ਮੰਤਰੀ ਆਪ ਇਹ ਸਾਰੇ ਕਾਸੇ ਦੇ ਪਿੱਛੇ ਸੀ। ਫਿਰ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਹੀ SIT ਦੇ ਮੁਖੀ ਬਣ ਜਾਓ, ਤੁਸੀਂ ਆਪ ਹੀ ਮੂਹਰੇ ਆ ਜਾਓ। ਅਗਰ ਸਿਆਸੀ ਕਿਹੜਾ ਹੀ ਅਫਸਰਾਂ ਥਰੂ ਕੱਢਣੀਆਂ ਨੇ, ਅਗਰ ਆਪਣੀ ਸਿਆਸੀ ਬਦਲਾਖੋਰੀ ਤੁਸੀਂ ਇਹ ਅਫਸਰਾਂ ਥਰੂ ਕਰਨੀ ਹੈ, ਤਾਂ ਫਿਰ ਤੁਸੀਂ ਆਪ ਸਾਹਮਣੇ ਆਓ, ਆਪ ਕਰੋ ਜਿਹੜੀ ਜਾਂਚ ਕਰਨੀ ਹੈ। ਅਤੇ ਅੱਜ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ 'ਚ ਜਿਹਦੇ ਅੱਗੇ ਸਾਡਾ ਸਿਰ ਚੁੱਕਦਾ, ਕਿਉਂਕਿ ਜੋ ਅੱਜ ਪੰਜਾਬ ਦੇ ਹਾਲਾਤ ਨੇ, ਚਾਹੇ ਉਹ ਲਾਅ ਐਂਡ ਆਰਡਰ ਨੂੰ ਲੈ ਕੇ ਹਾਲਾਤ ਹੋਣ, ਚਾਹੇ ਨਸ਼ਿਆਂ ਨੂੰ ਲੈ ਕੇ ਹਾਲਾਤ ਹੋਣ, ਅਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ, ਅਤੇ ਸਾਡੀ SIT ਕਿਹੜੇ ਕੰਮ 'ਚ ਲੱਗੀ ਹੈ, ਸਾਡੀ ਪੰਜਾਬ ਪੁਲਿਸ ਕਿਹੜੇ ਕੰਮ 'ਚ ਲੱਗੀ ਹੈ ਕਿ ਜੀ ਸਿਰਫ ਜਿਹੜੇ ਸਰਕਾਰ ਦੇ ਸਿਆਸੀ ਵਿਰੋਧੀ ਨੇ, ਭਗਵੰਤ ਮਾਨ ਸਾਹਿਬ ਦੇ ਸਿਆਸੀ ਵਿਰੋਧੀ ਨੇ, ਉਹਨਾਂ ਨੂੰ ਅਸੀਂ ਸੰਮਨ ਭੇਜੀਏ, ਉਹਨਾਂ ਨੂੰ ਅਸੀਂ 5-5 ਘੰਟੇ ਬਿਠਾ ਕੇ ਜਲੀਲ ਕਰਨਾ ਚਾਹੀਏ, ਤਾਂ ਫਿਰ ਅੱਜ ਦੱਸ ਦੇ ਹਾਈਕੋਰਟ ਦੇ ਵਿੱਚ ਕਿਉਂ ਹਾਈਕੋਰਟ ਤੋਂ ਅੱਜ ਸਰਕਾਰ ਭੱਜੀ? ਅੱਜ ਸਰਕਾਰ ਨੇ ਸਾਬਤ ਕਰਤਾ ਕਿ ਜੋ ਚੰਨੀ ਸਾਹਿਬ ਨੇ ਝੂਠ ਬੁਣਿਆ, ਜਿਹਨੂੰ ਭਗਵੰਤ ਮਾਨ ਸਾਹਿਬ ਨੇ ਅੱਗੇ ਵਧਾਇਆ, ਉਹ ਝੂਠ ਅੱਜ ਜਾ ਕੇ ਨਿਆਂ ਦਾ ਜਿਹੜਾ ਸਾਡਾ ਹਾਈਕੋਰਟ ਹੈ, ਜਿੱਥੇ ਸਭ ਨੂੰ ਇਨਸਾਫ ਮਿਲਦਾ, ਉੱਥੇ ਉਹ ਝੂਠ ਜਾ ਕੇ ਮੁੱਦੇ ਮੂੰਹ ਡਿੱਗਿਆ, ਅਤੇ ਅੱਜ ਕੋਈ ਸਰਕਾਰ ਕੋਲ ਜਵਾਬ ਹੈ? ਔਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹ ਵੇਲੇ ਯੂ-ਟਰਨ ਤੋਂ ਬਾਅਦ ਅੱਜ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਨਾ ਤਾਂ ਉਹ ਸੂਬੇ ਨੂੰ ਸੰਭਾਲ ਰਹੇ ਨੇ, ਨਾ ਉਹ ਲਾਅ ਐਂਡ ਆਰਡਰ ਨੂੰ ਸੰਭਾਲ ਰਹੇ ਨੇ, ਔਰ ਜਿਹੜੀ ਆਹ ਸਿਆਸੀ ਬਦਲਾਖੋਰੀ ਹੈ ਇਹਦੇ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ। ਔਰ ਦੂਜਾ ਮੇਰਾ ਵੱਡਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ। ਦੇਖੋ, ਲਗਾਤਾਰ
ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ, ਚਾਹੇ ਇਹਨਾਂ ਦੇ ਲੀਡਰ ਹੋਣ, ਇਹਨਾਂ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ੇ ਨੂੰ ਲੈ ਕੇ ਕੂੜ ਪ੍ਰਚਾਰ ਕੀਤਾ। ਅੱਜ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਆਪ ਕਲੀਨ ਚਿੱਟ ਦੇ ਕੇ ਹਾਈ ਕੋਰਟ 'ਚੋਂ ਆਪਣੀ ਜਾਨ ਛਡਾ ਕੇ ਭੱਜੇ ਹੋ, ਤਾਂ ਫਿਰ ਸੂਬੇ ਦੇ ਵਿੱਚ ਤਾਂ ਨਸ਼ਾ ਬਹੁਤ ਵੱਧ ਗਿਆ। ਹੁਣ ਤਾਂ ਗਵਰਨਰ ਸਾਹਿਬ ਨੇ ਕਹਿਤਾ ਕਿ ਭਾਈ ਜਿਹੜਾ ਨਸ਼ਾ ਉਹ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ। ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇੱਦਾਂ ਲੱਗ ਰਿਹਾ ਜਿੱਦਾਂ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਿਕਾਰੀ ਹੈ, ਪੁਲਿਸ ਵਿਕਾਰੀ ਹੈ, DGP ਤੋਂ ਮਾਫ਼ੀ ਮੰਗਾਈ ਅਨਕੰਡੀਸ਼ਨਲ। ਤਾਂ ਇਹਦਾ ਮਤਲਬ ਸੂਬੇ 'ਚ ਅੱਜ ਨਸ਼ਾ ਵਿਕ ਰਿਹਾ। ਹੁਣ ਬਿਕਰਮ ਮਜੀਠੀਆ ਜੀ ਤਾਂ ਵੇਚ ਨਹੀਂ ਰਹੇ, ਉਹਨਾਂ ਨੂੰ ਤਾਂ ਕਲੀਨ ਚਿੱਟ ਹੈ, ਉਹਨਾਂ ਨੂੰ ਤਾਂ ਦੋ ਵਾਰੀ ਹਾਈ ਕੋਰਟ ਨੇ ਕਲੀਨ ਚਿੱਟ ਦਿੱਤੀ। ਤੁਸੀਂ ਹਾਈ ਕੋਰਟ ਤੋਂ U-turn ਲੈ ਕੇ ਭੱਜੇ ਆਏ, 7 ਸਾਲ ਹੋ ਗਏ ਅਕਾਲੀ ਦਲ ਸਰਕਾਰ ਤੋਂ ਬਾਹਰ ਬੈਠਾ, ਤਾਂ ਅੱਜ ਜ਼ਿੰਮੇਵਾਰੀ ਕਿਹਦੀ ਹੈ? ਕੌਣ ਹੈ ਜੋ ਸਰਕਾਰ ਦੇ ਵਿੱਚ ਬਹਿ ਕੇ ਨਸ਼ਾ ਵਿਕਾ ਰਿਹਾ? ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਸਾਹਮਣੇ ਆਓ। ਹਾਈ ਕੋਰਟ ਦੀ ਅੱਜ ਤੱਕ ਦੀ ਇਸ ਤੋਂ ਤਲਖ ਟਿੱਪਣੀ ਕਿਸੇ ਸਰਕਾਰ 'ਤੇ ਨਹੀਂ ਕਿ ਪੁਲਿਸ ਨਸ਼ਾ ਵਿਕਾਰੀ ਹੈ ਅਤੇ DGP ਨੂੰ ਮਾਫ਼ੀ ਮੰਗਣੀ ਪੈ ਜੇ। ਸੋ ਤੁਹਾਡੀ ਸਰਕਾਰ ਦੇ ਵਿੱਚ ਉਹ ਕਿਹੜੇ ਲੋਕ ਨੇ ਜਿਹੜੇ ਅੱਜ ਨਸ਼ਾ ਵਿਕਾਰੇ ਨੇ? ਕਿਉਂਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਗਰਕਰੀ ਹੈ। ਹਰ ਰੋਜ਼ ਦੇਖਦੇ ਹਾਂ ਕਿ ਟੀਕੇ ਲਾ ਕੇ ਮਾਵਾਂ ਦੇ ਪੁੱਤ ਮਰ ਰਹੇ ਨੇ। ਔਰ ਇਹਨਾਂ ਦਾ ਇੱਕ MP ਹੈ, ਉਹ ਤਾਂ ਉਦੋਂ ਬੜੇ ਧੜੱਲੇ ਨਾਲ ਕਹਿ ਰਿਹਾ ਸੀ, ਕਹਿੰਦਾ ਨਸ਼ੇ ਦੇ ਹਾਲਾਤ ਨੇ, ਇੱਕ ਟੀਕਾ 7-7 ਜਣੇ ਲਾਉਂਦੇ ਨੇ। MP ਦਾ ਕੈਂਡੀਡੇਟ ਸੀ ਗੁਰਦਾਸਪੁਰ ਤੋਂ। ਸੋ ਕੌਣ ਵਿਕਾਰੇ ਅੱਜ ਪੰਜਾਬ ਦੇ ਵਿੱਚ ਨਸ਼ਾ? ਉਹ ਪੰਜਾਬੀਆਂ ਨੂੰ ਆ ਕੇ ਦੱਸਣਾ ਹੁਣ ਮੁੱਖ ਮੰਤਰੀ ਦਾ ਫਰਜ਼ ਹੈ। ਮੈਂ ਉਡੀਕ ਕਰਾਂਗਾ ਕਿ ਮੁੱਖ ਮੰਤਰੀ ਇਸ U-turn ਤੋਂ ਬਾਅਦ, ਇਹ ਅਦਾਲਤ ਦੇ ਵਿੱਚ ਪਿੱਠ ਦਿਖਾ ਕੇ ਭੱਜਣ ਤੋਂ ਬਾਅਦ ਘੱਟੋ ਘੱਟ ਇੱਕ ਜ਼ਿੰਮੇਵਾਰੀ ਕਬੂਲਣਗੇ ਕਿ ਜੇ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਤਾਂ ਉਹ ਨਸ਼ਾ ਕੌਣ ਵਿਕਾ ਰਿਹਾ। ਔਰ ਜਵਾਬ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਹਮਣੇ ਆ ਕੇ ਦੇਣਾ ਪਊਗਾ।